पर जाने अनजाने तुसी अज एक एदा दी जगह ते बैठे आ जे तुसी इस चीज नु ध्यान नाल सुन के समझ लिया तो अपनी लाइफ दे विच इंप्लीमेंट कर लिया ते इक यू टर्न सुनया यू टर्न तुहाडी लाइफ दा यू टर्न नहीं तुहाडी लाइफ दा वी टर्न साबित हो सकदा यू टर्न नु वी टर्न दे विच बहुत ज्यादा फर्क आ क्योंकि जो यू टर्न है ना वो इदा हुंदा हौली हौली हुंदा इदा जिहड़ा वी टर्न आ वो जकदम ही हो जांदा मतलब तुसी आज साइकिल ते या मोटरसाइकिल ते या अगले साल तुसी गड्डियां ते आ सकदे आ नहीं तो तुसी भी देखिया ट्रेडिशनल लाइफ दे विच इन्नी जल्दी जिदा मनदीप जी दस के गए आ गरीबी तो अमीरी दा सफर जिहड़ा तय नहीं हुंदा पर इस कंसेप्ट दे विच इह चीज आसानी नाल हो सकदी आ किद्दां देखना चाहुंदे हो रेडी हो देखो एक चीज तां आपां सारे मन्नदे आ ना कि अज दी तरीक दे विच पैसे तो बिना अपना परिवार चलाना अपनी जिंदगी चलानी बहुत औखी आ मतलब कल्पना ही नहीं कीती जा सकती ना कि पैसे तो बिना असीं अपना परिवार चला सकदे आ ते असीं पैसा कमाण वास्ते की करदे आ मेहनत करदे आ ओह मेहनत करनी टेक्निक आ ना जिहड़ी ओह टेक्निक किन्ने तरीकां दी आ जां आपां ओह देखणी आ लोकां दी जेब दे विचों पैसा कढ़ा के अपनी जेब दे विच पाणा होवे मतलब की करनी होवे कमाई करनी होवे बहुत औखी आ कि नहीं इंसान पैसा कमाण वास्ते कुछ ना कुछ बेचदा आ ठीक है एदे विच की हुंदा आ एदे विच कमाई जिहड़ी आ ओह 100% कमाई जिहड़ी आ ओह कस्टमर दे उत्ते डिपेंड हुंदी आ ਜਿਹੜਾ ਬੰਦਾ ਸਮਾਨ ਵੇਚਦਾ ਆ ਉਹਦੇ ਸੇ ਉਹਦੇ ਤੇ ਕਮਾਈ ਉਹਦੀ ਡਿਪੈਂਡੈਂਟ ਨਹੀਂ ਹੁੰਦੀ ਜਿੱਦਾਂ ਕੋਈ ਬੰਦਾ ਰੈਡੀਮੇਡ ਦਾ ਸ਼ੋਰੂਮ ਖੋਲ ਕੇ ਬੈਠਾ ਦੁਕਾਨ ਖੋਲ ਕੇ ਬੈਠਾ ਆ ਉਹਨੂੰ ਬੱਚਿਆਂ ਦੀ ਫੀਸ ਦੇਣੀ ਆ ਪੈਸੇ ਦੀ ਘਾਟ ਆ ਉਹਨੂੰ ਸ਼ਾਮ ਨੂੰ 6,000 ਰੁਪਏ ਚਾਹੀਦਾ ਕਿਸੇ ਨੂੰ ਧੋਣੋ ਫੜ ਕੇ ਲਿਆ ਸਕਦਾ ਉਹ ਚੱਲੋ ਕੱਪੜੇ ਫੀਸ ਉਹ ਸਿਰਫ ਕੀ ਕਰ ਸਕਦਾ ਛੱਡਾ ਚੱਕ ਕੇ ਆਪਣੀ ਗੱਦੀ ਤੇ ਬੈਠ ਸਕਦਾ ਬਾਜਾ ਮਾਰ ਸਕਦਾ ਜਿਹੜੇ ਬਾਹਰ ਬੰਦੇ ਜਾਂਦੇ ਪਏ ਬਾਜ਼ਾਰ ਤੇ ਆਜੋ ਭਾਜੀ ਆਜੋ ਭੈਣ ਜੀ ਇੰਨਾ ਕਹਿ ਸਕਦਾ ਜਿਹਨੂੰ ਲੋੜ ਹੋਏਗੀ ਉਹ ਦੁਕਾਨ ਦੀਆਂ ਪੌੜੀਆਂ ਚੜੇਗਾ ਦੁਕਾਨ ਤੇ ਜਾਏਗਾ ਕੱਪੜੇ ਖਰੀਦੇਗਾ ਤੇ ਉਹਦੀ ਕਮਾਈ ਹੋਏਗੀ ਸੇਮ ਕਰਿਆਨੇ ਵਾਲੀ ਦੁਕਾਨ ਤੇ ਵੀ ਇੱਦਾਂ ਹੀ ਹਰੇਕ ਦੁਕਾਨ ਤੇ ਇੱਦਾਂ ਹੀ ਆ ਇਵਨ ਕਿ ਜੇ ਕੋਈ ਬੰਦਾ ਇਹ ਕਹਿੰਦਾ ਨਾ ਕਿ ਮੈਂ ਤਾਂ ਜੋਬ ਕਰਦਾ ਭਾਈ ਤੇ ਉਹ ਵੀ ਆਪਣੇ ਆਪ ਨੂੰ ਭਾਈ ਵੇਚਦਾ ਹੀ ਆ ਉਹ ਵੀ ਆਪਣੇ ਆਪ ਨੂੰ ਵੇਚਦਾ ਜਿਹੜੀ ਵੀ ਅੱਜ ਮੈਂ ਜੋਬ ਕਰਦਾ ਪਿਆ ਜਿਹੜੀ ਵੀ ਅੱਜ ਮੈਂ ਜੋਬ ਕਰਦਾ ਪਿਆ ਆਪਣੇ ਆਪ ਨਾਲ ਗੱਲ ਕਰਨੀ ਆ ਜੇ ਮੇਰੀ ਉਹ ਵਾਲੀ ਕੁਆਲੀਫਿਕੇਸ਼ਨ ਨਾ ਹੁੰਦੀ ਜਿੰਨਾ ਮੈਂ ਪੜ੍ਹਿਆ ਆ ਕੀ ਮੈਨੂੰ ਉਹ ਜੋਬ ਮਿਲਣੀ ਸੀ ਇਟ ਮੀਨਸ ਕਿ ਮੈਂ 10 ਕੀਤੀਆਂ ਮੈਂ ਪਲੱਸ 2 ਕੀਤੀ ਮੈਂ ਬੀਏ ਕੀਤੀ ਮੈਂ ਐਮਏ ਕੀਤੀ ਮੈਂ ਆਪਣੇ ਆਪ ਵਿੱਚ ਕੁਝ ਗੁਣ ਲਿਆਂਦੇ ਉਹ ਗੁਣਾਂ ਨੂੰ ਅੱਜ ਉਹ ਕੰਪਨੀ ਕੀ ਕਰਦੀ ਪਈ ਆ ਖਰੀਦਦੀ ਪਈ ਆ ਤੇ ਮੈਂ ਆਪਣੇ ਆਪ ਨੂੰ ਵੇਚਦਾ ਪਿਆ ਆ ਮੈਂ ਆਪਣਾ ਆਪਾਂ ਕਿਤੇ ਜਾਂਦੇ ਆ ਇੰਟਰਵਿਊ ਦੇਣ ਹਾਂਜੀ ਕਿਤੇ ਕਿੰਨੀ ਸੈਲਰੀ ਐਕਸੈਪਟ ਕਰਦੇ ਆ ਆਪਾਂ ਸੋਚਿਆ ਸੀ 20,000 ਰੁਪਏ ਲੈਣਾ ਠੀਕ ਹੈ ਅਸੀਂ ਆਪਾਂ 20,000 ਲੈਣਾ ਲੈਣੇ ਪਈ ਆਪਾਂ 10 ਦੇ ਸਕਦੇ ਅਸੀਂ ਤਾਂ 10 ਦਵਾਂਗੇ ਤਾਂ ਆਪਾਂ ਉੱਥੇ ਵੀ ਨਹੀਂ ਲੱਗਦੇ ਇਟ ਮੀਨਸ ਕਿ ਅਸੀਂ ਵੇਚਣਗੇ ਅਸੀਂ ਆਪਣੇ ਆਪ ਨੂੰ ਕਿੰਨੇ ਚ 20,000 ਰੁਪਏ ਮਹੀਨੇ ਚ ਉਹ ਕਹਿੰਦੇ ਆਪਾਂ ਉਹਦਾ ਦਾ ਮੁੱਲ ਕਿੰਨਾ ਪਾਇਆ 10,000 ਰੁਪਏ ਤੇ ਆਪਾਂ ਉੱਥੇ ਜੋਬ ਨਹੀਂ ਕਰਦੇ ਇਟ ਮੀਨਸ ਇੱਕ ਜੋਬ ਕਲਾਸ ਬੰਦਾ ਵੀ ਆਪਣੇ ਆਪ ਨੂੰ ਕੀ ਕਰਦਾ ਪਿਆ ਵੇਚਦਾ ਪਿਆ ਆ ਤੇ ਉਸ ਕਿਸੇ ਬੰਦੇ ਦੀ ਤਨਖਾਹ 10,000 ਰੁਪਏ ਆ ਉਹ ਚਾਹੁੰਦਾ ਮੈਂ ਇਸ ਮਹੀਨੇ 20,000 ਕਮਾਣਾ ਕੀ ਕਮਾ ਸਕਦਾ ਕਿਉਂਕਿ ਇਹਦੇ ਵਿੱਚ ਕਮਾਈ ਸਾਰੀ ਬੋਸ ਦੇ ਹੱਥ ਵਿੱਚ ਆ ਸੇਲ ਦੇ ਵਿੱਚ ਕੀ ਹੁੰਦਾ ਆ ਜਿਹੜੀ ਕਮਾਈ ਆ ਉਹ 100% ਜਿਹੜੀ ਆ ਉਹ ਦੂਸਰੇ ਲੋਕਾਂ ਤੇ ਡਿਪੈਂਡੈਂਟ ਹੁੰਦੀ ਕਲੀਅਰ ਹੋਇਆ ਜੀ ਮਤਲਬ ਪੈਸੇ ਕਮਾਉਣ ਦਾ ਸਭ ਤੋਂ ਕਹਿ ਸਕਦੇ ਹਾਂ ਸੌਖਾ ਤਰੀਕਾ ਇਹ ਸਭ ਤੋਂ ਸੌਖਾ ਤਰੀਕਾ ਇਹ ਆ ਪਰ ਸੌਖਾ ਤਾਂ ਹੈਗਾ ਪਰ ਬਹੁਤ ਜ਼ਿਆਦਾ ਗੁਲਾਮੀ ਭਰਿਆ ਆ ਇਹਦੇ ਵਿੱਚ ਚਾਹ ਕੇ ਵੀ ਅਸੀਂ ਆਪਣੀਆਂ ਖੁਆਇਸ਼ਾਂ ਨਹੀਂ ਪੂਰੀਆਂ ਕਰ ਸਕਦੇ ਚਾਹ ਕੇ ਵੀ ਆਪਣੀ ਕਮਾਈ ਵਧਾ ਨਹੀਂ ਸਕਦੇ ਆਪਾਂ ਕਿ ਸਾਨੂੰ ਇਸ ਮਹੀਨੇ ਇੰਨੇ ਪੈਸੇ ਚਾਹੀਦੇ ਆ ਅਸੀਂ ਆਪਣੀ ਕਮਾਈ ਵਧਾ ਲਈਏ ਕਲੀਅਰ ਹੋਇਆ ਕੁਛ ਵਧੀਆ ਕੀ ਨੈਕਸਟ ਹੁਣ ਕੀ ਆ ਸੇਲ ਤੋਂ ਬਾਅਦ ਅਗਲਾ ਸਟੈਪ ਕੀ ਆ ਦੈਟ ਇਜ਼ ਕਾਲਡ ਮਾਰਕੀਟਿੰਗ ਮਾਰਕੀਟਿੰਗ ਦੇ ਵਿੱਚ ਕੀ ਹੁੰਦਾ ਆ ਕਿ ਕੋਈ ਬੰਦਾ ਮਾਰਕੀਟਿੰਗ ਕਰਦਾ ਆ ਉਹ ਜਿਹੜਾ ਸਾਹਮਣੇ ਵਾਲਾ ਬੰਦਾ ਮਤਲਬ ਕਸਟਮਰ ਆ ਜਿਹਦੇ ਕੋਲ ਪੈਸਾ ਲੈਣਾ ਆ ਉਹਨੂੰ ਲੱਗਦਾ ਮੈਨੂੰ ਫਲਾਣੇ ਪ੍ਰੋਡਕਟ ਦੀ ਕੋਈ ਲੋੜ ਨਹੀਂ ਕੋਈ ਵੀ ਪ੍ਰੋਡਕਟ ਹੋ ਸਕਦਾ ਮੈਨੂੰ ਫਲਾਣੇ ਪ੍ਰੋਡਕਟ ਦੀ ਕੋਈ ਲੋੜ ਨਹੀਂ ਹੈਗੀ ਪਰ ਆ ਮਾਰਕੀਟਿੰਗ ਕਰਨ ਵਾਲਾ ਬੰਦਾ ਆ ਇਹ ਬੰਦਾ ਉਹਦੀ ਜ਼ਿੰਦਗੀ 'ਚ ਜਾਂਦਾ ਉਹਦੇ ਰੂਬਰੂ ਹੁੰਦਾ ਉਹਨਾਂ ਬੈਠਦਾ ਉਹਨੂੰ ਦੱਸਦਾ ਉਸ ਪ੍ਰੋਡਕਟ ਦੀਆਂ ਕੁਝ ਇਦਾਂ ਦੀਆਂ ਖਾਸੀਅਤ ਕੁਝ ਇਦਾਂ ਦੀਆਂ ਫੀਚਰਸ ਜਿਹੜੇ ਉਸ ਬੰਦੇ ਦੀ ਜ਼ਿੰਦਗੀ ਦੇ ਵਿੱਚ ਕਮੀ ਹੁੰਦੀ ਮਾਰਕੀਟਿੰਗ ਕਰਨ ਵਾਲਾ ਬੰਦਾ ਸਾਹਮਣੇ ਵਾਲੇ ਬੰਦੇ ਨੂੰ ਪ੍ਰੋਡਕਟ ਦੀ ਆਪਣੀ ਚੀਜ਼ ਦੀ ਕਮੀ ਦਾ ਅਹਿਸਾਸ ਕਰਵਾਉਂਦਾ ਕਮੀ ਦਾ ਅਹਿਸਾਸ ਕਰਵਾਉਂਦਾ ਕਮੀ ਦਾ ਅਹਿਸਾਸ ਕਰਵਾ ਕੇ ਉਹ ਦੱਸਦਾ ਵੀ ਤੇਰੀ ਜ਼ਿੰਦਗੀ 'ਚ ਇਸ ਚੀਜ਼ ਦੀ ਕਮੀ ਆ
जे तू कमी पूरा करना तो मेरे को आवड़ा प्रोजेक्ट है यार। कमी पूरा करने वास्ते बंद प्रोडक्ट खरीद लेता भी इस बंद जेब च की आ जाएगा मार्केटिंग करने बंद जेब च उस बंद की हो जाती नीड फुलफिल हो जाती। हम मार्केटिंग की आ मार्केटिंग जी कमाई कस्टमर से डिपेंड नहीं होंगी। मार्केटिंग कमाई जी कस्टमर से डिपेंड मार्केटिंग कमाई कहते डिपेंड होंगी जेड़ा बंदा मार्केटिंग करता पे डिपेंड होंगी। जिदा मान लो कोई एल आई सी का एजेंट आड़ा एजेंट एल आई सी का एजेंट आ किसी ते को किसी बंद ने लाइफ इंश्योरेंस नहीं लगता चंगे भले हटे कटे सानू की होने लगा सही कि नहीं। कोई बंदा कोई बीमा करवाया नहीं नहीं आपां ते बीमा करवाया नहीं उन्हें बिठाया उन्हें दसिया उन्हें तो खाते च किन्ने पैसे कहते इन्ने पैसे तो सह वाले खाते च किन्ने सह पता नहीं साढ़ा जो खाता खाली हो गया तो गुड़िया तीसरी क्लास च पढ़ती तो बेटा पंजवीं क्लास च पढ़ता उन्होंने फीस कितों जानी है मेरे को इन्नी की सेविंग आते कुछ पांच लख रुपया सेविंग पांच लख ने तो दसवीं भी नहीं करनी उन्होंने ये पांच लख के पचास हजार का बीमा करा ला टर्म इंश्योरेंस करा ला जे आप बना के कल उन्नी की हो गई तो तेन पचास लख रुपया मिल जाना की नीड कही है एहसास करवाया भी 2023 च सब कुछ वधिया आया पर 2024 दे विच तेरी फोटो जे गंद टंगी हुई फिर मार्केटिंग दे विच कमाई जिहड़ी आ उह किहदे हत्थ विच हुंदी चुके पर सेल दे विच की आ जिन्नी देर सेल करांगे जिन्नी देर दुकान वाला दुकान खोलेगा पैसे उन्नी देर ही आने जिन्नी देर नौकरी वाला बंदा नौकरी करेगा पैसे उन्नी देर ही आने आ जिन्नी बार जिन्नी देर एड़ी वाला बंदा एड़ी लगाऊगा पैसे उन्नी देर ही आने आ। मार्केटिंग दे विच की आ जिन्नी देर बंदा जाके लोगों के दरवाजे खड़काऊगा पैसे जिन्नी देर जाके लोगों के बीमे करूंगा पैसे जिन्नी देर जाके लोगों के खाते खोलूंगा पैसे उन्नी देर ही आने आ। जिदा ही काम करना बंद किया जिदा ही किसी वजह करके काम नहीं काम से नहीं गए ना ही पैसे आने हूँ जोड़ा बिजनेस 1000 रुपए के 3000 रुपए तुम्हें मिल गया वो छाती मार वो की दैट इज कॉल्ड नैटवर्किंग नैटवर्क मार्केटिंग हैगी भी मार्केटिंग ही आ पर मार्केटिंग तो अगर की लग गया नैटवर्क मार्केटिंग हूँ ये की होंगे हूँ नैटवर्क मार्केटिंग की पैदाइश जी है ना वो इतनी हुई हो नैटवर्क मार्केटिंग की पैदाइश जी मार्केटिंग हुई है सेल तो हुई है ये भी की होंगे नैटवर्क मार्केटिंग की होंगे आ कि सामने वाले बंद लगता कि मैनू फलाने प्रोडक्ट की मैनू फलाने काम की कोई लोड़ नहीं हैगी तो चाचा मामा ताया भतीजा भाणजा यार दोस्त आंढ़ी गुआढ़ी तुहाडे गल पै जांदा पए ना 2000 रुपये आधार कार्ड भेज मतलब की आ कि कोई बंदा तुहानू इस बिजनेस लैके आता ठीक है वह बंदा जाने जाने बिजनेस शुरू करता फिर इस नैटवर्कर ने की करना उस बंदे दी वाय क्लियर करनी उसकी नीड क्रिएट करनी कल प्रोडक्ट की नहीं इस काम की भी कि भाई इस काम नू एक घंटा पार्ट टाइम दे विच आपां तां देना आ क्योंकि हुण तक साडा परिवार वधिया तां चलदा पिया क्योंकि असीं हट हलाने पे असीं मेहनत करदे पे मेहनत करदे पे पैसा आंदा पिया मेहनत करदे पे पैसा आंदा पिया जे कल नू मेहनत ना कीती कि पैसा आणा की जवाब उहदा नहीं आना। पर नैटवर्क मार्केटिंग दे विच जे मिलके मेहनत कर ली नौकरी दे विच सेल विच मार्केटिंग विच कल्ला मेहनत करदा पिया इत्थे मेहनत करन वास्ते तू कल्ला नहीं मैं तेरे नाल आ टीम साडे नाल आ आपां दोनों ने मिलके साल दो साल टिका के मेहनत कर ली तो मुड़ के काम करिए चाहे ना करिए मुड़ के कदे पैसा आना बंद नहीं होना। मतलब मार्केटिंग सेल दे विच मार्केटिंग दे विच बंदे नू प्रोडक्ट बेचिया पैसा लिया प्रॉफिट कमाया काम खत्म। पर नैटवर्क मार्केटिंग की होंगे बंदे नू जोड़िया वाय क्लियर की पैसा कमाया 500 टैक्ट लिया फिर काम शुरू फिर चल आया जिदा मैं देखो आया इदे आप हूं तेरी रिश्तेदारी में आना तो ये चाचे मामे ताए भैन भाया जीजा भैन कोई भी सुरक्षित नहीं है फ्यूचर सिक्योरिटी किसी को नहीं है क्योंकि फॉरन कंट्रियां की होंगे आ जिन्हें जी है परिवार के उन्ने जी कमाते पे कोई भी अपने भापे वाल या मम्मी वाल या घर वाली अपने घर वाले वाल घर वाला अपनी घर वाली वाले पैसों वास्ते एक अद्धा टपक भी गया किसी को फर्क नहीं पैंदा। पर साढ़े इतने एक एक बंदा कमाता वो सिर तो दो दो चार चार छे छे अठ अठ
ਖਾਂਦੇ ਆ ਤੇ ਜੋ ਉਸ ਕਮਾਊ ਬੰਦੇ ਨੂੰ ਕੁਝ ਹੋ ਗਿਆ ਤੇ ਉਹ 6 ਤੋਂ 8 ਜਣੇ ਜਿਹੜੇ ਉਹ ਸਿਰ ਤੇ ਖਾਂਦੇ ਆ ਉਹਨਾਂ ਦਾ ਕੀ ਹਾਲ ਹੁੰਦਾ ਕਿ ਤੁਸੀਂ ਪ੍ਰੈਕਟੀਕਲੀ ਦੇਖਿਆ ਹੋਣਾ ਆਪਣੇ ਸਮਾਜ ਵਿੱਚ ਸਹੀ ਕਿ ਨਹੀਂ ਟਾਈ ਵਾਲੇ ਸਕੂਲ ਦੇ ਵਿੱਚੋਂ ਨਾ ਬੱਚੇ ਫੱਟੀ ਵਾਲੇ ਸਕੂਲ ਚ ਆ ਜਾਂਦੇ ਆ ਉਹ ਵੀ ਤਾਂ ਅੱਜ ਕੱਲ ਐਜੂਕੇਸ਼ਨ 10ਵੀਂ ਤੱਕ ਫੇਲ ਕਰਦੀ ਆ ਨਹੀਂ ਤਾਂ ਹਲਵਾਈਆਂ ਦੀ ਦੁਕਾਨ ਤੇ ਲੱਗਣਾ ਪੈਂਦਾ ਨਿਆਣਿਆਂ ਨੂੰ ਜਿਹੜੀ ਆਪਣੇ ਆਣੀਆਂ ਵਾਂਗ ਲੇਡੀਜ਼ ਦਾ ਇੱਕ ਆਪਣੇ ਘਰ ਚੰਦੀ ਲੋਕਾਂ ਦੇ ਘਰ ਜਾ ਕੇ ਭਾਂਡੇ ਤੱਕ ਮਾਂਜਦੇ ਪੈ ਜਾਂਦੇ ਵਿਅਕਤੀਗਤ ਚੀਜ਼ਾਂ ਵਾਲੀਆਂ ਠੀਕ ਹੈ ਭਾਈ ਇਸ ਕੰਮ ਦੇ ਵਿੱਚ ਇੱਕ ਵਾਰ ਜੇ ਨੈਟਵਰਕ ਬਣ ਗਿਆ ਇੱਕ ਵਾਰ ਜੇ ਨੈਟਵਰਕ ਬਣ ਗਿਆ ਮੁੜ ਕੇ ਦੁਨੀਆ ਦੀ ਕੋਈ ਤਾਕਤ ਇਦਾਂ ਦੀ ਹੈ ਨਹੀਂ ਜਿਹੜੀ ਤੁਹਾਡਾ ਨੈਟਵਰਕ ਹਲਾ ਸਕੇ ਇੱਕ ਵਾਰ ਨੈਟਵਰਕ ਬਣ ਗਿਆ ਨਾ ਜਿੰਨੀ ਮਰਜ਼ੀ ਭੰਡੀ ਕਰ ਲਓ ਐਪਲ ਦਾ ਫੋਨ ਸੁਣਿਆ ਤੁਸੀਂ ਮੰਨ ਲਓ ਐਪਲ ਦਾ ਫੋਨ ਲਿਆ ਤੁਸੀਂ ਐਪਲ ਦਾ ਫੋਨ ਲਿਆ ਮਹੀਨੇ ਡੇਢ ਮਹੀਨੇ ਬਾਅਦ ਉਹ ਖਰਾਬ ਹੋ ਗਿਆ ਤੁਹਾਨੂੰ ਕਿਸੇ ਨੇ ਦੱਸਿਆ ਹੀ ਲਿਆ ਐਪਲ ਦਾ ਫੋਨ ਖਰਾਬ ਹੁੰਦਾ ਜਾਓ ਤਾਂ ਨਵਾਂ ਦੇ ਦਿੰਦੇ ਆ ਪਰ ਜੇ ਤੁਸੀਂ ਚੇਂਜ ਕਰਨ ਗਏ ਕੋਈ ਉਹਨਾਂ ਦੀ ਪਾਲਿਸੀ ਇਦਾਂ ਨਹੀਂ ਜਿਹੜੀ ਤੁਸੀਂ ਫੋਲੋ ਨਹੀਂ ਕਰ ਪਾਏ ਐਪਲੀਕੇਬਲ ਨਹੀਂ ਕਰ ਪਾਏ ਤੁਹਾਡਾ ਫੋਨ ਉਹਨਾਂ ਨੇ ਨਹੀਂ ਸਹੀ ਕੀਤਾ ਨਹੀਂ ਉਹਨਾਂ ਨੇ ਬਦਲ ਕੇ ਦਿੱਤਾ ਹੁਣ ਤੁਸੀਂ ਉਸ ਐਪਲ ਦਾ ਫੋਨ ਲੈ ਕੇ ਐਪਲ ਦੇ ਸਟੋਰ ਮੋਏ ਖੜੇ ਹੋਏ ਹੋ ਉਹਦੀ ਨੈਗੇਟਿਵਿਟੀ ਕਰੋ ਮੈਂ ਫੋਨ ਲਿਆ ਸੀ ਦੇਖੋ ਜੀ ਇਦਾਂ ਕਰਦੇ ਤੁਸੀਂ ਐਪਲ ਦੇ ਫੋਨ ਖਰੀਦਣੇ ਬੰਦ ਕਰ ਦਿਓ ਕਿੰਨੇ ਕੁ ਲੋਕ ਬੰਦ ਕਹਿਣਗੇ ਕੋਈ ਵੀ ਨਹੀਂ ਕਿਉਂਕਿ ਉਹਦਾ ਨੈਟਵਰਕ ਬਣ ਚੁੱਕਾ ਇੱਕ ਵਾਰ ਨੈਟਵਰਕ ਬਣਾਉਣਾ ਥੋੜਾ ਔਖਾ ਆ ਪਰ ਜੇ ਇੱਕ ਵਾਰ ਬਣ ਗਿਆ ਤੁਸੀਂ ਜਿੰਨਾ ਮਰਜ਼ੀ ਜੋਰ ਲਗਾ ਲਓ ਉਹ ਨੈਟਵਰਕ ਤੋੜਨਾ ਬਹੁਤ ਜ਼ਿਆਦਾ ਔਖਾ ਕੀ ਮੁਸ਼ਕਲ ਆ ਅਸੰਭਵ ਆ ਸਹੀ ਕਿ ਨਹੀਂ ਸਮਝਦੇ ਪਏ ਕੀ ਬਣ ਗਿਆ ਇੱਕ ਵਾਰ ਨੈਟਵਰਕ ਬਣ ਗਿਆ ਹੋਇਆ ਹੁਣ ਅਸੀਂ ਝਾਤੀ ਮਾਰ ਕੇ ਦੇਖੀ ਅਸੀਂ ਪਿਛਲੇ 2 ਸਾਲ ਤੋਂ 4 ਸਾਲ ਤੋਂ 5 ਸਾਲ ਤੋਂ 8 ਸਾਲ ਤੋਂ 10 ਸਾਲ ਤੋਂ ਮਿਹਨਤ ਕਰਦੇ ਪਏ ਆ ਕੀ ਅਸੀਂ ਪੈਸਾ ਕਮਾਉਣ ਵਾਸਤੇ ਸੇਲ ਕਰਦੇ ਪਏ ਆ ਮਾਰਕੀਟਿੰਗ ਕਰਦੇ ਪਏ ਜਾਂ ਨੈਟਵਰਕ ਮਾਰਕੀਟਿੰਗ ਕਰਦੇ ਪਏ ਆਪਣੇ ਆਪ ਨਾਲ ਗੱਲ ਕਰਨ ਦੀ ਲੋੜ ਹੈ ਨੈਟਵਰਕ ਕੀ ਕਰਦੇ ਪਏ ਪਿਛਲੇ 10 ਸਾਲ ਤੋਂ ਸੇਲ ਉਹ ਹਾਂ ਸੇਲ ਕਰਦੇ ਪਏ ਨਾ ਠੀਕ ਹੈ ਨਾ ਮਤਲਬ ਮਿਹਨਤ ਤਾਂ ਕਰਨੀ ਆ ਤੁਸੀਂ ਵੀ ਮਿਹਨਤ ਕਰਦੇ ਪਏ ਆਪਾਂ ਵੀ ਮਿਹਨਤ ਕਰਨੀ ਆ ਤੇ ਮਿਹਨਤ ਕਿੱਥੇ ਕਰੀਏ ਕਿ ਆਉਣ ਵਾਲੇ ਕੁਝ ਸਮੇਂ ਬਾਅਦ ਸਾਨੂੰ ਪੈਸਾ ਆਣਾ ਬੰਦ ਨਾ ਹੋਵੇ ਨਾ ਹੋਵੇ